ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਦਰਿਆ ਨਹੀਂ ਇਹ ਖੇਤ ਨੇ ਜਿਨ੍ਹਾਂ ਨੂੰ ਹੁਣ ਦਰਿਆ ਬਣਾ ਦਿੱਤਾ ਗਿਆ ਇੱਕ ਅਗਰ ਦਰਿਆ ਦੇ ਨੇੜਲੀਆਂ ਜ਼ਮੀਨਾਂ ਨੇ ਡੇਰਾ ਬੱਸੀ ਏਰੀਏ ਦੀਆਂ ਜ਼ਮੀਨਾਂ ਨੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਵੇਗੀ ਤੁਹਾਨੂੰ ਤਬਾਹੀ ਨਜ਼ਰ ਆਵੇਗੀ ਤਬਾਹੀ ਦਾ ਮੰਜ਼ਰ ਇੱਥੇ ਨਜ਼ਰ ਆਵੇਗਾ ਕੁਝ ਵੀ ਨਹੀਂ ਬਚਿਆ ਸਭ ਕੁਝ ਕੁਝ ਪਾਣੀ ਨੇ ਜਿਹੜਾ ਹੈਗਾ ਉਹ ਇੱਥੇ ਖਤਮ ਕਰ ਦਿੱਤਾ ਤਾਂ ਅੱਜ ਕਿਸਾਨਾਂ ਪੰਜ ਪਿੰਡਾਂ ਦੇ ਇਕੱਠੇ ਹੋਏ ਨੇ ਸਰਕਾਰ ਤੇ ਵੀ ਗਿਲਾ ਇਹਨਾਂ ਨੂੰ ਪ੍ਰਸ਼ਾਸਨ ਤੇ ਵੀ ਗਿਲਾ ਕਿ ਸਾਡੀ ਹਾਲੇ ਤੱਕ ਸਾਰ ਨਹੀਂ ਲਈ ਗਈ ਕਿਉਂਕਿ ਜਦੋਂ ਕਿਸਾਨ ਅੱਜ ਤੀਸਰੇ ਦਿਨ ਆਪਣੇ ਖੇਤਾਂ ਦੇ ਵਿੱਚ ਆਏ ਤਾਂ ਜਿਹੜਾ ਝੋਨਾ ਉਹ ਖੇਤਾਂ ਦੇ ਵਿੱਚ ਛੱਡ ਕੇ ਗਏ ਸੀ ਹੁਣ ਉਥੇ ਮਿੱਟੀ ਭਰ ਗਈ ਹੈ ਛੋਟੇ ਛੋਟੇ ਟਿੱਬੇ ਜਿਹੜੇ ਹੈਗੇ ਨੇ ਮਿੱਟੀ ਜਿਹੜੀ ਦਰਿਆ ਦੀ ਆਈ ਆ ਉਹ ਖੇਤਾਂ ਦੇ ਵਿੱਚ ਆ ਗਏ ਕਈ ਥਾਂ ਤੇ ਤਿੰਨ ਤੋਂ ਚਾਰ ਫੁੱਟ ਡੂੰਘੇ ਟੋਏ ਪੈ ਚੁੱਕੇ ਨੇ ਕਈ ਜਿਹੜੇ ਹੈਗੇ ਨੇ ਜਗ੍ਹਾ ਤਿੰਨ ਚਾਰ ਫੁੱਟ ਉੱਚੀਆਂ ਹੋ ਚੁੱਕੀਆਂ ਨੇ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਸੀ ਬਹੁਤ ਕੁਝ ਆਪਣੇ ਨਾਲ ਹੜਕੇ ਲੈ ਗਿਆ ਦਰਖਤ ਆਪਣੇ ਨਾਲ ਹੜਕੇ ਲੈ ਗਿਆ ਔਰ ਇਸ ਤੋਂ ਇਲਾਵਾ ਜੋ ਝੋਨੇ ਦੀ ਫਸਲ ਲਗਾਈ ਸੀ ਸਭ ਕੁਝ ਜਿਹੜਾ ਹੈਗਾ ਉਹ ਨਾਲ ਹੀ ਆਪਣੇ ਵਹਾ ਕੇ ਲੈ ਗਿਆ ਤਾਂ ਇਹ ਖੌਫਨਕ ਤਸਵੀਰਾਂ ਘੱਗਰ ਦਰਿਆ ਦੇ ਨੇੜੇ ਲੀਆਂ ਜ਼ਮੀਨਾਂ ਦੀਆਂ ਦਿਖਾ ਰਹੇ ਆ ਸਾਂਝੀਆਂ ਕਰ ਰਹੇ ਆ ਤਾਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਲਾਜ਼ਮੀ ਨੇ ਕਿਉਂਕਿ ਇਸ ਤੇਜ਼ ਬਾਰਿਸ਼ ਤੋਂ ਬਾਅਦ ਜੋ ਹੜ੍ਹ ਆਇਆ ਉਸ ਨੇ ਪੂਰੇ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਕੀਤਾ ਜਿੱਥੇ ਅੱਜ ਪਟਿਆਲਾ ਪੂਰੇ ਤਰੀਕੇ ਨਾਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਉੱਥੇ ਹੀ ਮੋਹਾਲੀ ਜ਼ਿਲ੍ਹਾ ਜਿਹੜਾ ਹੈਗਾ ਉਹ ਇਸ ਦੀ ਤਰਾਸ ਦੀ ਜਿਹੜੀ ਹੈਗੀ ਆ ਉਹ ਹੰਡਾਰਿਆ ਹੈਗਾ ਅਜਿਹੇ ਮੰਜਰ 1993 ਤੋਂ ਬਾਅਦ ਹੁਣ ਵੇਖਿਆ ਗਿਆ ਏ 2004 ਤਾਂ ਇਸ ਤੋਂ ਬਾਅਦ ਇੱਕ ਵੱਡੀ ਤਬਾਹੀ ਪੂਰੀ ਪੰਜਾਬ ਦੇ ਵਿੱਚ ਇੱਕ ਵੱਡੀ ਤਬਾਹੀ ਉਸ ਸਮੇਂ ਆਈ ਸੀ ਉਸ ਸਮੇਂ ਤਬਾਹੀ ਦੀਆਂ ਅਜਿਹੇ ਹੀ ਤਸਵੀਰਾਂ ਜਿਹੜੀਆਂ ਆਈਆਂ ਉਹ ਜਿਹੜੇ ਬਜ਼ੁਰਗ ਨੇ ਉਹ ਸਾਂਝੀਆਂ ਕਰਦੇ ਨੇ ਕਿ ਉਸ ਸਮੇਂ ਵੀ ਇੱਕ ਵੱਡੀ ਤਬਾਹੀ ਲੈ ਕੇ ਅਜਿਹੀਆਂ ਹੀ ਜਿਹੜੀਆਂ ਮਾਨਸੂਨ ਆਇਆ ਸੀ ਤਾਂ ਉਹੀ ਤਸਵੀਰਾਂ ਜਿਹੜੀਆਂ ਅੱਜ ਆ ਰਹੀਆਂ ਨੇ ਖੱਗਰ ਦਰਿਆ ਨਹੀਂ ਇਹ ਖੇਤ ਨੇ ਜਿੱਥੇ ਅੱਜ ਤੋਂ 2 ਦਿਨ ਪਹਿਲਾਂ ਜਿਹੜਾ ਹੈਗਾ ਇੱਥੇ ਝੋਨਾ ਸੀ ਪਰ ਹੁਣ ਇੱਥੇ ਤਬਾਹੀ ਦੀਆਂ ਤਸਵੀਰਾਂ ਨੇ ਅੱਜ ਪਿੰਡ ਵਾਸੀ ਇਕੱਠੇ ਹੋਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਇਕੱਠ ਕੀਤਾ ਸੀ ਅਲਟੀਮੇਟਮ ਵੀ ਸਰਕਾਰ ਨੂੰ 20 ਜੁਲਾਈ ਤੱਕ ਦਾ ਦਿੱਤਾ ਗਿਆ ਕਿਉਂਕਿ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਇਸ ਪਾਣੀ ਦੇ ਵਹਾਅ ਦੇ ਚਲਦੇ ਆ ਨੁਕਸਾਨ ਨਹੀਂ ਗਈ ਆ ਕਿਸਾਨ ਸਰਕਾਰ ਵੱਲ ਵੀ ਚਾਹ ਕਰ ਰਹੇ ਨੇ ਇਸੇ ਕਰਕੇ ਅੱਜ ਅਲਟੀਮੇਟਮ ਦੇਣ ਦੀ ਨੋਬਤਾਈਆ ਕਿੰਨੇ ਅਧਿਕਾਰੀ ਇੱਥੇ ਪਹੁੰਚੇ ਕੋਈ ਇੱਥੇ ਵਿਧਾਇਕ ਇੱਥੇ ਪਹੁੰਚੇ ਕਿ ਨਹੀਂ ਪਹੁੰਚੇ ਇਹ ਇਹਨਾਂ ਦੀ ਜਵਾਨੀ ਸੁਣਾਂਗੇ ਪਰ ਇਹ ਤਸਵੀਰਾਂ ਸਾਡੀ ਕੋਸ਼ਿਸ਼ ਹੈ ਪੀਡੀਸੀ ਨਿਊਜ਼ ਦੀ ਕਿ ਗਰਾਊਂਡ ਜ਼ੀਰੋ ਤੋਂ ਤੁਹਾਡੇ ਤੱਕ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਬਾਹੀ ਦੇ ਮੰਜ਼ਰ ਦੀਆਂ ਜਿੱਥੇ ਕੋਈ ਸਹਾਇਤਾ ਦੇ ਰਿਹਾ ਉਹ ਲੋਕਾਂ ਦੀ ਜੋ ਸੇਵਾ ਭਾਵਨਾ ਦੇ ਨਾਲ ਲੱਗੇ ਉਹਨਾਂ ਦੀ ਤਸਵੀਰ ਤਸਵੀਰ ਵੀ ਤੁਹਾਡੇ ਤੱਕ ਪਹੁੰਚੇ ਔਰ ਜਿਹੜੇ ਲੋਕ ਅੱਜ ਡੁੱਬੇ ਹੋਏ ਨੇ ਤਾਂ ਉਹ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਣ ਕੈਮਰਾਮੈਨ ਨੂੰ ਕਹੂੰਗਾ ਇਹ ਤਸਵੀਰਾਂ ਜ਼ੂਮ ਕਰਕੇ ਜ਼ਰੂਰ ਦਿਖਾ ਦੇਣ ਕਿ ਵੱਡੇ ਵੱਡੇ ਦਰਖਤ ਜਿਹੜੇ ਹੈਗੇ ਨੇ ਕਿਵੇਂ ਖੇਤਾਂ ਦੇ ਵਿੱਚ ਪੁੱਟ ਕੇ ਸੜ ਦਿੱਤੇ ਗਏ ਨੇ ਘੱਗਰ ਦਰਿਆ ਦੇ ਨਾਲ ਜਿੰਨੀਆਂ ਵੀ ਜ਼ਮੀਨਾਂ ਸੀ ਜਿੰਨੇ 1 ਏਕੜ ਰਕਬਾ ਸੀ ਉਹ ਸਾਰਾ ਰਕਬਾ ਜਿਹੜਾ ਹੈਗਾ ਪਾਣੀ ਦੀ ਮਾਰ ਇਹ ਥਾਂ ਆ ਚੁੱਕਿਆ ਹੈ ਪਹਿਲਾਂ ਹੀ ਕਿਸਾਨ ਖੁਦਕੁਸ਼ੀ ਦੇ ਰਾਹ ਪਿਆ ਹੋਇਆ ਪਹਿਲਾਂ ਹੀ ਕਿਸਾਨ ਜਿਹੜਾ ਹੈਗਾ ਉਹ ਤੰਗ ਦਿੱਲੀ ਦੇ ਵਿੱਚੋਂ ਨਿਕਲ ਰਿਆ ਸੀ ਆਰਥਿਕਤਾ ਜਿਹੜੀ ਹੈਗੀ ਕਿਸਾਨ ਦੀ ਬਹੁਤ ਹੀ ਚੰਗੀ ਨਹੀਂ ਪਰ ਇਸ بارش ਨੇ ਕਿਸਾਨ ਦਾ ਲੱਕ ਤੋੜ ਦਿੱਤਾ ਹੈ ਕਿਉਂਕਿ ਕੁਝ ਵੀ ਨਹੀਂ ਬਚਿਆ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਪੁੱਤਾਂ ਵਾਂਗੂ ਫਸਲ ਜਿਹੜੀ ਹੈਗੀ ਆ ਉਹ ਰੋੜ ਕੇ ਤਬਾਹ ਹੋ ਗਈ ਤਾਂ ਭਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਕਿੰਨੀ ਏਕੜ ਤੁਹਾਡੀ ਜ਼ਮੀਨ ਸੀ ਇੱਥੇ ਜਿਹੜੀ ਤੁਹਾਡੀ ਜ਼ਮੀਨ ਖਰਾਬ ਹੋਈ ਹੈ ਨਾਮ ਮੇਰਾ ਜਸਵੰਤ ਸਿੰਘ ਲੰਬੜਦਾਰ ਪਿੰਡ ਢਲਮੰਗੀਰ ਜੀ ਮੇਰੀ 25 ਏਕੜ ਕੱਲੇ ਦੀ ਆ ਤੇ ਮੇਰੇ ਪਰਿਵਾਰ ਦੀ ਸਵਾ ਸੈ ਕਿੱਲਾ ਤੇ ਜੇ ਸਾਰੇ ਪਿੰਡ ਦੀ ਲਈਏ 5 5-600 ਏਕੜ ਪੈਂਦੀ ਆ ਜਿਹੜਾ ਖਤਮ ਹੋ ਗਿਆ ਲੈਣਾ ਵੀ ਖਤਮ ਹੋ ਗਈ ਜਿਹੜਾ ਅਸੀਂ ਝੋਨਾ ਲਾਇਆ ਸੀ ਉਹ ਵੀ ਖਤਮ ਹੋ ਚੁੱਕਿਆ ਤੇ ਜਿਹੜਾ ਆਪਣਾ ਮਿੱਟੀ ਆ ਖੇਤ ਉਹ ਬਿਲਕੁਲ ਖਤਮ ਹੋ ਚੁੱਕੇ ਨੇ ਭਾਈ ਜਿਹੜੀਆਂ ਤਸਵੀਰਾਂ ਦੇਖ ਰਹੇ ਆ ਅਸੀਂ ਆ ਟੋਏ ਪੈਗੇ ਛੇ 7 7 ਸਪੋਰਟ ਦੇ ਟੋਏ ਪਹਿਲਾਂ ਇਹ ਜ਼ਮੀਨ ਦੀ ਤਰਾਤਲ ਕੀ ਸੀਗੀ ਪਹਿਲਾਂ ਜੀ ਇਹ ਜ਼ਮੀਨ ਬੜੀ ਉਪਜਾਊ ਸੀਗੀ ਸੇਮ ਵਾਲੀ ਜ਼ਮੀਨ ਸੀਗੀ ਸਾਰੀ ਜ਼ਮੀਨ ਦੇ ਵਿੱਚ ਜਿਸ ਤਰ੍ਹਾਂ ਜਸਵੰਤ ਸਿੰਘ ਆਲਮਗੀਰ ਨੇ ਦੱਸਿਆ ਵੀ ਮੇਰੀ 25 ਏਕੜ ਜ਼ਮੀਨ ਦੇ ਵਿੱਚ ਚੋਨਾ ਲੱਗਿਆ ਹੋਇਆ ਸੀਗਾ ਬੜਾ ਵਧੀਆ ਝੋਨਾ ਲੱਗਿਆ ਹੋਇਆ ਸੀਗਾ ਪਤਨੀ ਵਾਹਿਗੁਰੂ ਨੇ ਕਿਆ ਕਹਿਰ ਵਰਤਿਆ ਏ ਇਹ ਜਿਹੜੇ ਵੱਡੇ ਆਦਮੀ ਆ ਜਿਸ ਤਰ੍ਹਾਂ ਜੀਲਕਪੁਰ ਦੇ ਵਿੱਚ ਡੇਰਾਬਸੀ ਦੇ ਵਿੱਚ ਲੋਕਾਂ ਨੇ ਵੱਡੇ ਵੱਡੇ ਤਨਾੜ ਆਦਮੀਆਂ ਨੇ ਫਲੈਟ ਪਾ ਲਏ ਆਪਣੇ ਇਹਨਾਂ ਨੇ ਨਦੀਆਂ ਨਾਲੇ ਘੱਗਰ ਸਾਰੇ ਮਲ ਲਏ ਜਿਸ ਕਾਰਨ ਫਲੱਡ ਆਉਂਦਾ ਹੈ ਬਰਸਾਤ ਜਿਸ ਟਾਈਮ ਬਰਸਾਤ ਹੋਈ ਹੈ ਜੀ ਘੱਗਰ ਚ ਪਾਣੀ ਆਇਆ ਉਸ ਟਾਈਮ ਵਧਾਇਕ ਵੀ ਆਇਆ ਡੀਸੀ ਸਾਹਿਬ ਵੀ ਆਏ ਅ ਰਾਜ ਸਭਾ ਮੈਂਬਰ ਰਗਵ ਚੱਡਾ ਜੀ ਵੀ ਆਏ ਆ ਪਰ ਉਸ ਤੋਂ ਪਹਿਲਾਂ ਅਸੀਂ ਬੜੀ ਪਹੁੰਚ ਕਰੀ ਹੈ ਵੀ ਇਹ ਇਹ ਬੰਦ ਹੈ ਜਿਹੜਾ ਉੱਚਾ ਕਰਿਆ ਜਾ ਹੈ ਟੀਚਿੰਗ ਕਰੀ ਜਾ ਹੈ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਕੋਈ ਪੇਰਵਾਹੀ ਨਹੀਂ ਹੋਈ ਸਿਰਫ ਦੋ ਦਿਨ ਪਹਿਲਾਂ ਫਾਰਮੈਲਟੀ ਹੋਈ ਹੈ ਜਿਸ ਕਰਕੇ ਜਾਨੀ ਨੁਕਸਾਨ ਤੋਂ ਇਹ ਤੋਂ ਬਚ ਗਿਆ ਪਰ ਮਾਲੀ ਨੁਕਸਾਨ ਘੱਟ ਤੇ ਘੱਟ ਵੀ 700 ਏਕੜ ਜ਼ਮੀਨ 7 7000 ਏਕੜ ਜ਼ਮੀਨ 7 ਪਿੰਡਾਂ ਦੀ ਤਬਾਹ ਹੋ ਗਈ ਸੱਤ ਪਿੰਡਾਂ ਦੇ ਮਕਾਨ ਸਾਰਾਂ ਦੇ ਵਿੱਚ ਤੇੜਾਂ ਗਈ ਸੇਮ ਚੜ ਗਈ 1-1 ਫੁੱਟ ਜਿਸਕੇ ਵਿੱਚ ਮਿੱਟੀ ਚੜ ਗਈ ਇਹ ਕਾਰਨ ਹੈ ਜੀ ਕਸੱਲਿਆ ਡੈਮ ਦਾ ਪਾਣੀ ਇੱਕਦਮ ਛੋੜਿਆ ਗਿਆ ਸੁਖਨਾ ਲੈ ਕੇ ਛੋੜਿਆ ਗਿਆ ਪੰਜ ਡੈਮ ਹੋਰ ਉਹ ਛੱਡਿਆ ਗਿਆ ਇੱਕ ਛੱਤ ਬੀੜ ਬਨੂੜ ਕਨਾਲ ਕੇ ਵਾਸਤੇ ਲਾਇਆ ਵਾਜੀ ਇਹਨਾਂ ਨੇ ਬੰਦ ਉਸਕੇ 14 ਫਲੈਟ ਗੇਟਾਂ ਉਹ ਪਾਣੀ ਨੂੰ ਰੋਕ ਲਿਆ ਉਹ ਵੀ ਉਹਨਾਂ ਨੇ ਇੱਕਦਮ ਖੋਲ੍ਹ ਦਈਏ ਇਸ ਕਰਕੇ ਕੋਈ ਰਾਹ ਨਹੀਂ ਰਿਹਾ ਜੀ ਇਹਨਾਂ ਨੂੰ ਪਿੰਡਾਂ ਨੂੰ ਲੋਕਾਂ ਨੂੰ ਜਾਣ ਵਾਸਤੇ हां पाइपलाइन ना पार दी ਲੋਕਾਂ ਕੀ ਬਿਜਲੀ ਦੇ ਜਿੰਨੇ ਕਨੈਕਸ਼ਨ ਤੇ ਖੰਬੇ ਲੱਗੇ ਹੋਤੇ ਖੰਬੇ ਤੋੜ ਦिए ਜੀ ਟਰਾਂਸਫਾਰਮ ਹੜਾ ਦिए ਪਾਈਪਲੈਨ ਅੰਜਨ ਮੋਟਰਾਂ ਘਰ-ਘਰ ਸਮਾਨ ਖਰਾਬ ਹੋ ਗਿਆ ਤਬਾਹ ਹੋ ਗਿਆ ਜੀ ਸਾਰਾ ਦੇਖੋ ਜਨਾਬ ਅਸੀਂ ਇਹ ਗੱਲ ਕਰਾਂ ਅਸੀਂ 2 2000 ਦੇ 2004 ਦੇ ਵਿੱਚ ਉੱਥੇ ਦੇਹਲੀ ਬਣਾਈ ਸੀ ਸਰਕਾਰ ਨੇ 3 3 600 ਕਰੋੜ ਰੁਪਇਆ ਲਾਇਆ ਉੱਥੇ ਅਸੀਂ ਸਾਡਾ ਸਾਰਾ 84 ਪਿੰਡ ਅਸੀਂ ਉੱਥੇ ਇਕੱਠੇ ਹੋਏ ਵੀ ਇਹ ਨਾ ਲਾਓ ਸਿਰਫ ਸੌ ਕੁਸਿਕਾ ਪਾਣੀ ਬਨੂੜ ਕਨਾਲ ਨੂੰ ਦੰਦੀ ਸਰਕਾਰ ਉਹ ਉੱਚੇ ਤੇ ਆ ਇੱਕ ਇੱਕ ਸਾਟਰ ਲੱਗਿਆ ਵਾ ਉੱਥੇ ਸਵਾ ਕੁਸਿਕ ਦਾ ਇਸ ਕਰਕੇ ਸਾਨੂੰ ਸਾਡੀਆਂ ਦੋ ਬਾਰੀਆਂ ਲੱਗੀ ਹੋਈਆਂ ਇੱਕ ਤੋਂ 10 ਲੈ ਕੇ ਇੱਕ ਤਰੀਕ ਤੋਂ 10 ਤਰੀਕ ਤੱਕ ਬਨੂ ਹੁਣ ਨੁਕਸਾਨ ਕਿਨਾ ਹੋ ਗਿਆ ਹੁਣ ਯਾਰ ਮੁੱਦੇ ਗੱਲ ਕਰਿਆ ਨੁਕਸਾਨ ਤਾਂ ਸਾਡਾ ਬਿਲਕੁਲ ਖਤਮ ਹੋ ਗਿਆ ਜੀ ਸਾਡਾ ਕੋਈ ਰਾਜ ਨਹੀਂ ਲਾਇਆ ਅਸੀਂ ਆਲਮਗੀਰ ਪਿੰਡ ਖੜੇ ਆ ਜੂਸ ਉਹ ਕ ਕਰਗਾ ਬੰਦਾ ਤੋ ਫਿਰ ਮਸ਼ੀਨ ਲੱਗਦੀ ਲੱਗ ਰਹੀ ਟਵਾਣੇ ਤੇ ਅੱਗੇ ਨਾ ਜੀ ਇੱਕ ਪਾਣੀ ਚੱਲ ਰਿਹਾ ਉਹ ਹੁਣ ਵੀ ਚੱਲ ਰਿਹਾ ਅਗਰ ਜੇ ਥੋੜਾ ਜਿਹਾ ਵੀ ਪਾਣੀ ਆ ਗਿਆ ਨਾ ਜੀ ਔਰ ਸਾਦਾਪੁਰ ਡੰਗੜਾ ਸਰਸੀਣੀ ਇਹਨੇ ਖਜੂਰ ਮੰਡੀ ਇਹ ਤਿੰਨ ਪਿੰਡ ਤੋਂ ਹੀ ਵੀ ਉੱਭੀ ਖੜ ਜਾਗੇ ਬਿਲਕੁਲ ਤਬਾਹ ਹੋ ਜਾਣਗੇ ਜੀ ਅਗਰ ਜੇ 24 ਘੰਟੇ ਵਾਜੀ ਉਹ ਹ ਮਸ਼ੀਨ ਨਾਲ ਲੱਗਿਆ ਬੰਦਾ ਬੰਦ ਨਾ ਕਰੇਗਾ ਹਮ ਤਿੰਨ ਪਿੰਡ ਤੋਂ ਮਰ ਜਾਗੇ ਜੀ ਨੇ ਸਰਕਾਰ ਜ਼ਿੰਮੇਵਾਰ ਹੋਵੇਗੀ ਇਸ ਦੀ ਕੋਈ ਸਰਕਾਰ ਨੂੰ ਬਾਈ ਜੀ ਗੱਲ ਸਰਕਾਰ ਨਾਲ ਹੋਈ ਕੋਈ ਸਰਕਾਰ ਨੂੰ ਜਗਾਉਣ ਦੇ ਤੌਰ ਤੇ ਸਰਕਾਰ ਨੂੰ ਕੋਈ ਤੁਸੀਂ ਮੰਗ ਪੱਤਰ ਦਿੱਤਾ ਹੋਵੇ ਕੋਈ ਅਗਲੀ ਰਣਨੀਤੀ ਬਣਾਈ ਹੋਵੇ ਆਏ ਆ ਵਿਧਾਇਕ ਵੀ ਆਇਆ ਡੀਸੀ ਸਾਹਿਬ ਵੀ ਆਏ ਆ ਰਗਵ ਚੱਡਾ ਜੋ ਜਨ ਸਭਾ ਮੈਂਬਰ ਮੇ ਵੀ ਆਇਆ ਉਹਨਾਂ ਨੂੰ ਕਿਹਾ ਮੌਕੇ ਦੀ ਪੋਜੀਸ਼ਨ ਨੂੰ ਇਸ ਟਾਈਮ ਪਾਣੀ ਬਹੁਤ ਚੜਿਆ ਹੋਦਾ ਪਰ ਮੌਕੇ ਮ ਆਏ ਆ ਫਿਲਹਾਲ ਤੇ ਤੈਨ ਤੋਂ ਕੋਈ ਵੀ ਨਹੀਂ ਆਇਆ ਇਪਰ ਲੋਕਾਂ ਨੂੰ ਆਪਣੇ ਘਰਾਂ ਜੌਨਸੇ ਘਰਾਂ ਦੇ ਵਿੱਚ ਆਪਣੇ ਮਸਲੇ ਆ ਉਹਨੂੰ ਦੇਖ ਰਹੇ ਆ ਜਿਸ ਤਰ੍ਹਾਂ ਕਾੜਕਾਂ ਦੀ ਟੰਕੀਆਂ ਸਾਰਿਆਂ ਦੀ ਲੋਕਾਂ ਦੀ ਬੋਤਾਂ ਦੀ ਡੁੱਬ ਗਈ ਮੇ ਫਟ ਗਈ ਡੰਗਰ ਹੜ ਗਏ ਹਰ ਡੰਗਰ ਹੜ ਗਏ ਜੋ ਵੀ ਨੁਕਸਾਨ ਕਹਣੇਗਾ ਬਾਪ ਹਮ ਤਾਂ ਉਸ ਨੂੰ ਦੇਖ ਰਹੇ ਆ ਲਿਖਤੀ ਰੂਪ ਮੈਂ ਕਿਆ ਦੇਹਾਂਗੇ ਅੱਜ ਇਸੇ ਪਿੱਛਾ ਆਪਾਂ ਇਕੱਠੇ ਹੋਏ ਆ ਨੁਕਰ ਮੀਟਿੰਗ ਕਰੀ ਆ ਤਾਂ ਆਪਾਂ ਸਰਕਾਰ 바ਦੇ ਇਹੀ ਮੰਗ ਕਰਾਂ ਵੀ ਜੌਨਸੇ ਜੋ ਮਹਾਰਾ 24 ਘੰਟੇ ਮੰਦ 12 ਘੰਟੇ ਕੇ ਵੀ ਚਾਨਣ ਦਾ ਇਸ ਦਾ ਪ੍ਰਸ਼ਾਸਨ ਦੇਖੇਗਾ ਮੌਕੇ ਪਰਨਾ ਇਸ ਦਾ ਹੱਲ ਕਰਾ ਜਹਾ ਕੁਝ ਨਾ ਕੁਝ ਕੇ ਕੀ ਰਣਨੀਤੀ ਰੋਗੀ ਬਾਈ ਜੀ 20 ਤਰੀਕਾ ਮੈਂ ਜਸਵਿੰਦਰ ਸਿੰਘ ਟਵਾਣਾ ਪ੍ਰਧਾਨ ਬਲਾਕ ਭਾਰਤੀ ਕਿਸਾਨ ਉਨੈਤਾ ਸਿੱਧੂ ਪਰ ਅੱਜ ਅਸੀਂ ਇਹ ਮੀਟਿੰਗ ਕੀਤੀ ਆ ਵੀ ਸਾਡੇ ਜਿਹੜਾ ਇਹ ਨੁਕਸਾਨ ਹੋਇਆ ਇਹ ਸਰਕਾਰਾਂ ਦੀ ਹੈ ਪ੍ਰਸ਼ਾਸਨ ਦੀ ਨੁਲੈਕੀ ਕਾਰਨ ਹੋਇਆ ਇਹ ਪਹਿਲਾਂ ਇਹਨਾਂ ਦਾ ਬੰਦੋਬਸਤ ਨਹੀਂ ਕਰਦੇ ਹਾਂਜੀ ਜੇ ਇਹ ਪਰਪਾਈ ਕਰ ਦੇਣਗੇ 20 ਤਰੀਕ ਤੱਕ ਸਾਡੇ ਨਾਲ ਕੋਈ ਮੀਟਿੰਗ ਕਰਨਗੇ ਹਾਂ ਤੁਹਾਡਾ ਇਹ ਮਸਲਾ ਅਸੀਂ ਹੱਲ ਕਰਾਂਗੇ ਤਾਂ ਅਸੀਂ ਮੰਨਾਂਗੇ ਜੇ ਨਹੀਂ ਇਹ ਕਰਨਗੇ ਅਸੀਂ 20 ਤਰੀਕ ਨੂੰ ਵੱਡਾ ਇਕੱਠ ਕਰਕੇ ਹਾਂਜੀ ਅਗਲੀ ਰਣਨੀਤੀ ਅਗਲੀ ਰਣਨੀਤੀ ਤਿਆਰ ਕਰਾਂਗੇ ਔਰ ਸਾਡੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨਾਲ ਵੀ ਗੱਲ ਹੋਈ ਆ ਉਹ ਕਹਿੰਦਾ ਵੀ ਜੇ ਤੁਹਾਡਾ ਹੱਲ ਹੁੰਦਾ ਕਰਾਉ ਨਹੀਂ ਫਿਰ ਮੈਂ ਇੱਥੇ ਆਵਾਂਗਾ ਔਰ ਜੇ ਪੱਕਾ ਧਰਨਾ ਲਾਉਣਾ ਪੈਗਾ ਨਾ ਪੱਕਾ ਧਰਨਾ ਵੀ ਲਾਵਾਂਗੇ ਆਪਾਂ ਇਸ ਇਲਾਕੇ ਦੇ ਵਿੱਚ ਜਿਹੜਾ ਨੁਕਸਾਨ ਕਿਸਾਨਾਂ ਦਾ ਮਜ਼ਦੂਰਾਂ ਦਾ ਜ਼ਮੀਨਾਂ ਦਾ ਹੋਇਆ ਇਸ ਨੂੰ ਹੱਲ ਕਰਾ ਕੇ ਹਟਾ ਤਾਂ ਇੱਕ ਵਾਰ ਤਸਵੀਰਾਂ ਫੇਰ ਸਾਂਝੀਆਂ ਕਰ ਦਿੱ ਗਿਆ ਤੁਹਾਡੇ ਨਾਲ ਕਿ ਇੱਕ ਗਰਦ ਰਿਆ ਦੇ ਨੇੜ ਲੀਆਂ ਇਹ ਤਸਵੀਰਾਂ ਨੇ ਨੇੜਲੇ ਪਿੰਡਾਂ ਦੀਆਂ ਇਹ ਤਸਵੀਰਾਂ ਨੇ ਤਾ ਕਈ ਏਕੜ ਜਿਹੜੇਗਾ 700 ਏਕੜ ਦੇ ਕਰੀਬ ਜਿਹੜੀ ਹੈਗੀ ਜ਼ਮੀਨ ਉਹ ਪੂਰੀ ਤਰੀਕੇ ਦੇ ਨਾਲ ਵਾਹੀਯੋਗ ਜ਼ਮੀਨ ਸੀ ਜਿਹੜੀ ਤਾਂ ਉਹ ਜ਼ਮੀਨ ਜਿਹੜੀ ਹੈਗੀ ਹੁਣ ਖਰਾਬ ਹੋ ਚੁੱਕੀ ਹੈ ਔਰ ਫਸਲ ਖਰਾਬ ਹੋ ਚੁੱਕੀ ਹੈ ਸਰਕਾਰ ਤੇ ਗਿਲਾ ਇਹਨਾਂ ਨੂੰ ਇਹ ਹੈ ਕਿ ਸਰਕਾਰ ਪਹਿਲੇ ਦਿਨ ਜ਼ਰੂਰ ਆਈ ਤਸਵੀਰਾਂ ਜ਼ਰੂਰ ਇੱਥੇ ਖਚਾਈਆਂ ਗਈਆਂ ਪਰ ਇਸ ਤੋਂ ਬਾਅਦ ਨਾ ਤਾਂ ਕੋਈ ਵਿਸ਼ੇਸ਼ ਗਰਦਾਵਰੀ ਦੇ ਹੁਕਮ ਹੋਏ ਨਾ ਇੱਥੇ ਪਟਵਾਰੀ ਪਹੁੰਚਿਆ ਨਾ ਇੱਥੇ ਕਨਗੋ ਪਹੁੰਚਿਆ ਨਾ ਤਹਿਸੀਲਦਾਰ ਪਹੁੰਚਿਆ ਤਾਂ ਇਹਨਾਂ ਨੂੰ ਨੁਕਸਾਨ ਦੀ ਪਰਪਾਈ ਕੌਣ ਦੇਵੇਗਾ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਰਮਨਦੀਪ ਪੀਟੀ ਨਿਊਜ਼ ਡ